ਵੈਸੇ ਤਾਂ ਸਾਡੇ ਰੋਜ਼ ਬਹੁਤ ਬੜੀ ਹੁੰਦੀ ਹੈ ਲੇਕਿਨ ਅੱਜ ਸਰਦਾਰ ਰਣਵੀਰ ਰਣਜੀਤ ਰਣਧੀਰ ਸਿੰਘ ਰੱਖੜਾ ਜੀ ਜੋ ਬੜੇ ਇੰਪੋਰਟੈਂਟ ਅਕਾਲੀ ਦਲ ਨੇ ਅਕਾਲੀ ਰਹੇ ਨੇ ਜਿਨ੍ਹਾਂ ਨੇ ਕੋਈ ਅਹੁਦਾ ਨਹੀਂ ਹੋਣਾ ਜਿਹੜਾ ਇਹਨੂੰ ਨਹੀਂ ਮਿਲਿਆ ਚਾਹੇ ਜ਼ਿਲ੍ਹੇ ਦੀ ਜਥੇਦਾਰੀ ਹੈ ਚਾਹੇ ਸਟੇਟ ਦੀ ਵੀਰ ਪ੍ਰਧਾਨਗੀ ਹੈ ਚਾਹੇ ਵਰਕਿੰਗ ਕਮੇਟੀ ਹੈ ਔਰ ਭਾਵੇਂ ਯੂਥ ਦੀ ਪ੍ਰਧਾਨਗੀ ਹੈ ਭਾਵੇਂ ਜ਼ਿਲ੍ਹੇ ਦੀ ਪ੍ਰਧਾਨਗੀ ਹੈ ਇਸ ਕਰਕੇ ਇਹਨਾਂ ਦੇ ਸਾਰੇ ਕੁਛ ਹੋਣ ਦੇ ਬਾਵਜੂਦ ਇਹ ਅੱਜ ਆ ਕੇ ਜੁਆਇਨ ਕੀਤੇ ਨੇ ਇਹਨਾਂ ਦੇ ਸਾਥੀ ਨੇ ਜਿਹੜੇ ਉਹ ਫਿਰ ਕਹਿੰਦੇ ਅਸੀਂ ਆਪੋ ਆਪਣੇ ਏਰੀਆ 'ਚ ਹਲਕਿਆਂ 'ਚ ਕੱਟ ਕਰਕੇ ਇਕੱਠੇ ਰਲਾਂਗੇ ਇਸ ਕਰਕੇ ਮੈਂ ਇਹਨਾਂ ਨੂੰ ਜੀ ਐਂ ਕੀਤਾ ਮੈਂ ਕੀਤਾ ਰਾਮੂ ਵਾਲੀ ਜੀ ਨੇ ਸਾਰਿਆਂ ਨੇ ਅਸੀਂ ਇਹਨਾਂ ਨੂੰ ਜੀ ਐਂ ਕਿਹਾ ਔਰ ਇਹਨਾਂ ਦਾ ਧੰਨਵਾਦ ਕੀਤਾ ਕਿ ਇਹਨਾਂ ਨਾਲ ਆਉਣ ਨਾਲ ਸਾਡੀ ਪਾਰਟੀ 'ਚ ਹੋਰ ਬੜੀ ਤਾਕਤ ਨਾਲ ਮਿਲੇ ਮੈਂ ਸਾਬਕਾ ਪ੍ਰਧਾਨ ਹਾਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲੇ ਦਾ ਲਿਆਤੀ ਦਾ ਅਤੇ ਮੈਂ ਕੌਮੀ ਵਾਈਸ ਪ੍ਰੈਜ਼ੀਡੈਂਟ ਰਿਹਾ ਪਾਰਟੀ ਦਾ ਔਰ ਕਮੇਟੀ ਮੈਂਬਰ ਵੀ ਰਿਹਾ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਪੰਜਾਬ ਦਾ ਮੈਂ ਚੇਅਰਮੈਨ ਵੀ ਰਿਹਾ ਅਤੇ ਲਗਾਤਾਰ ਮੈਂ 4 ਵਾਰ ਪਿੰਡਾਂ ਸਰਪੰਚ ਵੀ ਰਿਹਾ ਮੈਂ ਬਹੁਤ ਛੋਟੇ ਲੈਵਲ ਤੋਂ ਛੋਟੀ ਉਮਰ ਤੋਂ ਪੰਥਾਂ ਦੇ ਜਿਹੜਾ ਕੁਛ ਅਸਾਂ ਚੜ੍ਹਨ ਵਾਲੀ ਉਂਗਲੀ ਫੜ ਕੇ ਤੁਰਿਆ ਸੀ ਔਰ ਉਸ ਸਮੇਂ ਤੋਂ ਹੀ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦਾ ਆ ਰਿਹਾ ਸੀ ਪਰ ਬਦਕਿਸਮਤ ਇਹ ਹੈ ਕਿ ਜਦੋਂ ਹੁਣ ਦੇਖਿਆ ਕਿ ਜਿਸ ਦਿਨ ਦੀ ਬਾਂਗਡੋਰ ਸਾਹਿਬ ਸੁਖਬੀਰ ਸਿੰਘ ਬਾਦਲ ਦੇ ਹੱਥਾਂ 'ਚ ਆਈ ਹੈ ਔਰ ਸ਼੍ਰੋਮਣੀ ਅਕਾਲੀ ਦਲ ਜਿਹੜੇ ਸਿਧਾਂਤ 'ਤੇ ਤੁਰਿਆ ਸੀਗਾ ਉਹ ਪਾਰਟੀ ਸਿਧਾਂਤ ਛੱਡ ਗਈ ਕਿਸੇ ਵਰਕਰੀ ਟਕਸਾਲੀ ਵਰਕਰੀ ਤਾਂ ਗੱਲ ਨਹੀਂ ਸੁਣੀ ਜਾਂਦੀ ਉੱਥੇ ਤਾਂ ਉਹੀ ਜਿਹੜੇ ਕਾਕਾਸ਼ਾਹੀ ਲੋਕ ਨੇ ਜਿਹੜੇ ਰੇਤ ਮਾਫੀ ਵਾਲੇ ਜਾਂ ਸ਼ਾਹ ਮਾਫੀ ਵਾਲੇ ਉਹ ਆਲੇ ਦੁਆਲੇ ਉਹਨਾਂ ਨੇ ਘੇਰਾ ਪਾ ਲਿਆ ਅਤੇ ਟਕਸਾਲੀਆਂ ਦੀ ਪੁੱਛਣੀ ਢਿੰਡ ਸਾਹਿਬ ਦਾ ਕਸੂਰ ਕੀ ਸੀ ਬ੍ਰਹਮਪੁਰਾ ਸਾਹਿਬ ਦਾ ਕਸੂਰ ਕੀ ਸੀ ਸਿਰਫ ਇਹੀ ਕਿਹਾ ਸੀ ਨਾ ਵੀ ਜੇ ਪਾਰਟੀ 10 ਸਾਲ ਰਾਜਪਾਲ ਕਰਨ ਤੋਂ ਬਾਅਦ ਵੀ 15 ਸੀਟਾਂ 'ਤੇ ਆ ਗਈ ਤਾਂ ਕੋਈ ਕਾਰਨ ਤਾਂ ਹੋਏਗਾ ਕਾਰਨ ਤਾਂ ਲੱਭ ਰਹੀਏ ਉਹਦੀ ਕਮੇਟੀ ਬਣਾ ਦਿਉ ਜਾਂ ਪ੍ਰਧਾਨ ਨਹੀਂ ਛੱਡ ਦਿਉ ਤੁਸੀਂ ਕੋਈ ਗੱਲ ਨਾ ਕੋਈ ਕਮੇਟੀ ਬਣਾਈ ਨਾ ਕੋਈ ਸਮੀਖਿਆ ਕੀਤੀ ਅਤੇ ਉਲਟਾ ਇਹਨਾਂ ਨੂੰ ਪਾਰਟੀ ਕੱਢਤਾ ਅਤੇ ਮੈਨੂੰ ਖੁਸ਼ੀ ਉਦੋਂ ਹੋਈ ਜਦੋਂ ਸਰ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਤਹੀਆ ਕੀਤਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਉਹਨਾਂ ਲਿਖਿਆ ਤੋਰਨ ਲਈ ਇਹਨਾਂ ਨੇ ਬੀੜਾ ਚੁੱਕਿਆ ਮੈਂ ਸਮਝਦਾ ਇਹ ਵਧਾਈ ਦੇ ਪਾਤਰ ਨੇ ਔਰ ਮੈਨੂੰ ਸੁਭਾਗ ਪ੍ਰਾਪਤ ਹੋਇਆ ਕਿ ਮੈਂ ਇਹਨਾਂ ਦਾ ਪੱਲਾ ਫੜ ਕੇ ਹੁਣ ਮੈਂ ਇਹਨਾਂ ਦਾ ਸਾਥ ਦੇਣ ਦਾ ਅੱਜ ਫੈਸਲਾ ਲਿਆ ਔਰ ਮੈਂ ਯਕੀਨ ਦਿਵਾਉਣਾ ਕਿ ਪਟਿਆਲੇ ਜ਼ਿਲ੍ਹੇ ਵਿੱਚ ਵੀ ਔਰ ਨਾਲ ਲੱਗਦੇ ਜ਼ਿਲ੍ਹੇ ਵਿੱਚ ਵੀ ਕਿਉਂਕਿ ਸੰਗਰੂਰ ਜ਼ਿਲ੍ਹਾ ਉਹਨਾਂ ਦਾ ਆਪਣਾ ਉੱਥੋਂ ਵੀ ਮੈਂ ਇੱਕ ਵਾਰੀ ਚੋਣ ਦਾ ਇੰਚਾਰਜ ਲਹਿਰੇ ਜਿੱਥੇ ਪ੍ਰਮੰਦਰ ਸਿੰਘ ਢੀਂਡਸਾ ਹੈਗੇ ਆਪਣੇ MLA ਨੇ ਉੱਥੋਂ ਪ੍ਰੇਮ ਸਿੰਘ ਚੰਦੂਮਾ ਨੇ ਚੋਣ ਲੜੀ ਸੀ ਉਦੋਂ ਉੱਥੇ ਇੰਚਾਰਜ ਰਿਹਾ ਸੀ ਅਤੇ ਮੈਂ ਹਰ ਹਲਕੇ ਜਾ ਕੇ ਘਰ ਘਰ ਜਾ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਔਰ ਨੀਤੀਆਂ ਤੋਂ ਦੱਸ ਕੇ ਅਸੀਂ ਲੋਕਾਂ ਨੂੰ ਲਾਵਾਂਗੇ ਢੀਂਡਸਾ ਨਾਲ ਜੋੜਾਂ T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ 'ਤੇ ਕਲਿੱਕ ਕਰੋ।